जेड़े जेड़े लोग इन्हां सोशल मीडिया प्लेटफार्मां दे राही पंथ अते पंजाब दे मसलियां बारे सच्ची सुची गल करदे सीगे उन्हां दी संगी कुट्टी जा रही, लब लब के उन्हां लोकां नूं निशाना बनाया जा रहा, उन्हां दे खातियां नूं टारगेट किया जा रहा जेड़े जेड़े पंथ अते पंजाब बारे बिल्कुल नरोल सच्ची गल जिहड़ी आ उह कहिंदे बोलते जां लिखते हो। कुछ अखर जिहड़े ने उन्हां नूं एक कमांड दे दित्ती गई आ कि कंप्यूटर्स नूं जां आपदे मास्टर कंप्यूटर नूं कि जेकर कोई खालिस्तान खाड़कू लहर भिंडरां वाला इस तरह के अखर भी ये जिहड़े वरतदे आ इन्हां दी निशानदेही करो ते इन्हां विचों लभ के फिर उन्हां बंदिआं नूं जिहड़े मोटीवेट करदे आ ਜਿਹੜੇ ਸਿੱਖਾਂ ਨੂੰ ਸੱਚਾ ਪੱਖ ਦੱਸਦੇ ਆ ਉਹਨਾਂ ਦੇ ਖਾਤੇ ਜਿਹੜੇ ਆ ਸਸਪੈਂਡ ਕਰੋ, ਖਾਤੇ ਬੰਦ ਕਰੋ। ਮਸਲਿਆਂ ਨੂੰ ਜਿਨ੍ਹਾਂ ਕਰੰਟ ਵਿਸ਼ਿਆਂ ਨੂੰ ਲੈ ਕੇ ਹੋਰ ਯੂਟਿਊਬ ਚੈਨਲ ਨੇ ਚਾਹੇ TV84 ਦਾ ਜਾਂ ਹੋਰ ਜਿਹੜੇ ਮੈਗਜ਼ੀਨ ਨਿਕਲਦੇ ਆ ਜਾਂ ਸਾਡੇ ਹੋਰ ਪਰਚੇ ਆ ਉਹਨਾਂ 'ਚ ਕਰੰਟ ਟੌਪਿਕ ਹੁੰਦੇ ਆ, ਪੰਥਕ ਨਜ਼ਰੀਏ ਤੋਂ ਹੁੰਦੇ ਆ, ਉਹ ਕਿਹੜਾ ਧੜਾ ਧੜ ਵਿਕਦੇ ਆ ਜੇ ਗੁਰਮਤ ਪ੍ਰਕਾਸ਼ ਨਹੀਂ ਵਿਕਦਾ। ਗੁਰਮਤ ਪ੍ਰਕਾਸ਼ ਮੈਗਜ਼ੀਨ ਦਾ ਇਸ ਮਹੀਨੇ ਦਾ ਜੂਨ ਮਹੀਨੇ ਦਾ ਅੰਕ ਜਿਹੜਾ ਹੈ ਉਹਦੇ ਵਿੱਚ ਉਵੇਂ ਹੀ ਟੱਠੇ ਹੋਏ ਅਕਾਲ ਤਖ਼ਤ ਸਾਹਿਬ ਦੀ ਉਹਨਾਂ ਨੇ ਫੋਟੋ ਛਾਪੀ ਹੈ ਤੇ ਵਿੱਚ ਇਹਦੇ ਉਵੇਂ ਹੀ ਪੰਥਕ ਨਜ਼ਰੀਏ ਤੋਂ ਲਿਖੇ ਹੋਏ ਉਹ ਸਾਰੇ ਆਰਟੀਕਲ ਨੇ ਜਿਹੜੇ ਜੂਨ 84 ਦੇ ਸੰਦਰਭ ਵਿੱਚ ਬੜੇ ਅਹਿਮ ਮੰਨੇ ਜਾ ਸਕਦੇ ਆ, ਬਹੁਤ ਡਿਟੇਲਡ ਬੜੇ ਚੰਗੇ ਤਰੀਕੇ ਨਾਲ ਸਾਰਾ ਉਸ ਦੌਰ ਨੂੰ ਬਿਆਨ ਕੀਤਾ ਗਿਆ। ਜਿਹੜੀ ਗੱਲ ਉਸ ਵੇਲੇ ਦੇ ਸਿੱਖ ਨੇ 1984 ਤੋਂ ਘੱਲੂਘਾਰੇ ਤੋਂ ਬਾਅਦ ਸਮਝੀ ਉਹੀ ਗੱਲ ਨੂੰ ਲੈ ਕੇ ਇਹ ਪੰਥਕ ਲੋਕ ਜਿਹੜੇ TV ਪ੍ਰੋਗਰਾਮ ਕਰਨ ਚਾਹੇ ਉਹ ਮੈਗਜ਼ੀਨ ਕੱਢਣ, ਸਾਰੇ ਸੰਸਾਰ ਦੇ ਕਿਸੇ ਵੀ ਥਾਂ ਤੇ ਹੋਣ, ਉਹ ਚਾਹੁੰਦੇ ਆ ਕਿ ਅਸੀਂ ਦੁਨੀਆਂ ਨੂੰ ਦੱਸੀਏ, ਅਸੀਂ ਆਪਦੇ ਭਾਈਚਾਰੇ ਨੂੰ ਨੌਜਵਾਨੀ ਨੂੰ ਖਾਸ ਤੌਰ ਤੇ ਦੱਸੀਏ ਕਿ ਭਾਈ ਤੁਹਾਡੀ ਕੌਮ ਦੇ ਉੱਤੇ ਆਹ ਸੰਕਟ ਜਾਂ ਆਹ ਬਿਪਤਾ ਆ ਸਕਦੀ ਆ, ਪਹਿਲੋਂ ਇੰਜ ਹੋਇਆ ਸੀ, ਤੁਹਾਡਾ ਦੋਸਤ ਕੌਣ ਆ, ਤੁਹਾਡਾ ਦੁਸ਼ਮਣ ਕੌਣ ਆ, ਇਹ ਤੁਹਾਨੂੰ ਸਮਝ ਹੋਣੀ ਚਾਹੀਦੀ। KPS ਗਿੱਲ ਦੀਆਂ ਲਿਖਤਾਂ ਉਹਦੇ 'ਚ ਸਾਫ਼ ਉਹ ਕਹਿੰਦਾ ਹੈ ਕਿ ਅਸੀਂ ਇਹ ਮਿਥ ਲਿਆ ਸੀਗਾ ਕਿ ਪੰਜਾਬ ਜਿਹੜਾ ਹੈ ਇੱਥੇ ਖਾਲਿਸਤਾਨੀ ਲਹਿਰ ਨੇ ਖਾੜਕੂਆਂ ਨੇ ਜੋ ਕੁੱਝ ਕਿਹਾ ਉਹਦੇ ਅਸੀਂ ਉਲਟ ਕਰਕੇ ਦਿਖਾਉਣਾ। ਤਾਂ ਉਹਨਾਂ ਦਿਨਾਂ ਦੇ ਵਿੱਚ ਚੇਤੇ ਕਰੀਏ ਕਿ ਹਰ ਇੱਕ ਸਹੀ ਗੱਲ ਦੀ ਹਮਾਇਤ ਸਿੱਖਾਂ ਵੱਲੋਂ ਹੁੰਦੀ ਸੀ ਤੇ ਗਲਤ ਗੱਲ ਦਾ ਵਿਰੋਧ ਹੁੰਦਾ ਸੀ। ਅੱਜ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਮਾਹੌਲ ਸਿਰਜਦੇ ਲੋਕ ਨੇ, ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੇ ਉਲਟ ਭੁਗਤਦੇ ਲੋਕ ਨੇ, ਅੱਜ ਦਾ ਸਾਰਾ ਸਿਸਟਮ ਉਹਨਾਂ ਵੱਲ ਵਾ। ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਉੱਤੇ ਅੱਜ ਜਿਸ ਸਿਸਟਮ ਦੀ ਪਕੜ ਵਾ ਜਾਂ ਜਿਸ ਪਾਸੇ ਲੋਕਾਂ ਨੂੰ ਖੜਾ ਕੀਤਾ ਜਾ ਰਿਹਾ ਉਹ ਸਾਰਾ ਕੁਛ ਆ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਨਹੀਂ ਹੋਣ ਦੇ ਰਿਹਾ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਆਪਾਂ ਮੁੱਦਾ ਡਿਸਕਸ ਕਰਨਾ ਉਹ ਇਹ ਆ ਕਿ ਸਾਰੇ ਸੰਸਾਰ ਦੇ ਵਿੱਚ ਸਿੱਖ ਹਰ ਮੁਲਕ ਵਿੱਚ ਨੇ ਤੇ ਹਰੇਕ ਸਿੱਖ ਹੀ ਪੰਥ ਦੀ ਚੜ੍ਹਦੀ ਕਲਾ ਲੋਚਦਾ। ਆਪੋ ਆਪਣੇ ਢੰਗ ਤਰੀਕੇ, ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਤੇ ਜਿਹੜਾ ਵੀ ਸਿੱਖ ਕਿੱਥੇ ਵੀ ਮਰਜ਼ੀ ਆ ਉਹ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ। ਤੇ ਅੱਜ ਦਾ ਜ਼ਮਾਨਾ ਜਿਹੜਾ ਉਹ ਮੀਡੀਆ ਦਾ ਜ਼ਮਾਨਾ ਤੇ ਹਰ ਇੱਕ ਘਟਨਾ ਬਾਰੇ ਜਾਂ ਹਰ ਇੱਕ ਗੱਲ ਬਾਰੇ ਅਸੀਂ ਜਦੋਂ ਜਾਣਨਾ ਉਹ ਮੀਡੀਆ ਰਾਹੀਂ ਜਾਣਨਾ। ਸਿੱਖਾਂ ਬਾਰੇ ਇੱਕ ਗੱਲ ਪਿਛਲੇ ਦੌਰ ਵਿੱਚ ਬੜੀ ਚੱਲੀ ਕਹੀ ਗਈ, ਪਤਾ ਨਹੀਂ ਉਹ ਕਿਵੇਂ ਆਈ ਆ, ਪਰ ਬੜੀ ਸੁਣੀ ਅਸੀਂ ਛੋਟੇ ਹੁੰਦਿਆਂ ਤੋਂ ਹੀ ਸੁਣਦੇ ਆਏ ਹਾਂ ਵੀ ਸਿੱਖ ਇਤਿਹਾਸ ਬਣਾਉਂਦੇ ਆ, ਲਿਖਦੇ ਨਹੀਂ। ਖੈਰ ਉਹ ਬੀਤੇ ਵੇਲੇ ਦੀਆਂ ਗੱਲਾਂ ਹੋਣਗੀਆਂ। ਅੱਜ ਦੇ ਸਮੇਂ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਹਰ ਥਾਂ ਤੇ ਕੋਈ ਨਾ ਕੋਈ ਸਿੱਖ ਇਸ ਗੱਲ ਲਈ ਜੱਦੋ ਜਹਿਦ ਕਰ ਰਿਹਾ ਕਿ ਮੈਂ ਸੱਚਾ ਤੇ ਸੁੱਚਾ ਜਿਹੜਾ ਪੱਖ ਆ ਸਾਡਾ ਉਹ ਪੇਸ਼ ਕਰਾਂ। ਤੇ ਇਹ ਜਿਹੜਾ ਸੰਘਰਸ਼ ਆ
कि मैं सच्चे सच्चा ते सुच्चा पक्ष पेश करना आपकी कौम का जां किसी घटना जिहड़ी भी वापरी आ उहदे बारे सही गल दसणी आ। इहदे उलट जिहड़ी चीज चल रही आ उह हैगी आ भारतीय हकूमत दे अधीन एक इहो जिही मुहिम कि असी सिखां बारे झूठा गलत ते भरम वाला अक्स जिहड़ा हैगा ਉਹ ਖਬਰਾਂ ਅਸੀਂ ਪ੍ਰਸਾਰਨੀਆਂ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਸਾਰੇ ਸੰਸਾਰ ਵਿੱਚ ਥੂ ਥੂ ਹੋਵੇ, ਇਹਨਾਂ ਦੀ ਬੇਇੱਜ਼ਤੀ ਹੋਵੇ। ਮਤਲਬ ਕਿ ਇੰਡੀਆ ਦੇ ਵਿੱਚ ਵੀ, ਭਾਰਤ ਵਿੱਚ ਵੀ, ਇੱਥੇ ਵੀ ਵਸਦੇ ਹੋਏ ਸਿੱਖਾਂ ਨੂੰ ਕੀ ਦੇਖਣ ਦੇਣਾ, ਕੀ ਪੜ੍ਹਨ ਦੇਣਾ ਜਾਂ ਕੀ ਕਹਿਣ ਦੇਣਾ, ਇਹ ਵੀ ਇੱਕ ਹਕੂਮਤ ਦੇ ਏਜੰਡੇ ਦੇ ਉੱਤੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚਾ ਤੁਸੀਂ ਸੁਣੀ ਆ ਕਿ ਮਈ ਦੇ ਲਾਸਟ ਅਖੀਰਲੇ ਹਫ਼ਤੇ ਵਿੱਚ ਉਹ ਚਰਚਾ ਚੱਲਦੀ ਰਹੀ, ਬੜੀਆਂ ਉਹਦੇ ਬਾਰੇ ਗੱਲਾਂ ਸਾਰਿਆਂ ਨੇ ਆਪਾਂ ਪੜ੍ਹੀਆਂ ਸੁਣੀਆਂ ਨੇ ਕਿ 26 ਮਈ ਨੂੰ ਭਾਰਤ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਜਾਂ ਫੇਸਬੁੱਕ ਜਾਂ ਹੋਰ ਜਿਹੜੀਆਂ ਸਰਵਿਸਿਸ ਨੇਗੀਆਂ, ਟਵਿੱਟਰ ਵਗੈਰਾ, ਵੀ ਇਹਨਾਂ ਸਾਰਿਆਂ ਦੇ ਉੱਤੇ ਛੱਪਾ ਪੈਣ ਲੱਗਿਆ। ਚਲੋ, ਸਾਰਿਆਂ ਨੇ ਸੋਚਿਆ ਕਿ ਜਿਵੇਂ ਬਾਕੀਆਂ ਨਾਲ ਹੋਊ ਆਪਣੇ ਨਾਲ ਵੀ ਉਵੇਂ ਹੋ ਜੂ, ਪਰ ਇਹਨਾਂ ਦਿਨਾਂ ਦੇ ਵਿੱਚ ਉਸ ਘਟਨਾਕ੍ਰਮ ਦੇ ਸੰਬੰਧ ਵਿੱਚ ਸਾਫ਼ ਤੌਰ 'ਤੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਜਿਹੜੇ ਜਿਹੜੇ ਲੋਕ ਇਹਨਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਰਾਹੀਂ ਪੰਥ ਅਤੇ ਪੰਜਾਬ ਦੇ ਮਸਲਿਆਂ ਬਾਰੇ ਸੱਚੀ ਸੁੱਚੀ ਗੱਲ ਕਰਦੇ ਸੀਗੇ, ਉਹਨਾਂ ਦੀ ਸੰਘੀ ਕੁੱਟੀ ਜਾ ਰਹੀ, ਲੱਭ ਲੱਭ ਕੇ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਉਹਨਾਂ ਦੇ ਖਾਤਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਹੜੇ ਜਿਹੜੇ ਪੰਥ ਅਤੇ ਪੰਜਾਬ ਬਾਰੇ ਬਿਲਕੁਲ ਨਿਰੋਲ ਸੱਚੀ ਗੱਲ ਜਿਹੜੀ ਆ ਉਹ ਕਹਿੰਦੇ, ਬੋਲਦੇ ਜਾਂ ਲਿਖਦੇ ਹੋਣ। ਲੱਗਦੀ ਤਾਂ ਨੋਰਮਲ ਜੀ ਗੱਲ ਆ ਵੀ ਕਿਸੇ ਦਾ ਲਾਈਵ ਵਾਲਾ ਬਟਨ ਬੰਦ ਕਰਤਾ, ਕਿਸੇ ਦੀਆਂ ਪੋਸਟਾਂ 1 ਮਹੀਨੇ ਲਈ ਬੰਦ ਕਰਤੀਆਂ, ਪਰ ਜੇਕਰ ਤੁਸੀਂ ਗਹਿਰ ਗੰਭੀਰਤਾ ਦੇ ਨਾਲ ਸਾਰੇ ਮਸਲੇ ਉੱਤੇ ਧਿਆਨ ਦੇਵੋ, ਤੁਹਾਨੂੰ ਸਾਫ਼ ਤੌਰ 'ਤੇ ਪਤਾ ਲੱਗੂਗਾ ਕਿ ਜਿਵੇਂ ਕੁਝ ਅੱਖਰ ਜਿਹੜੇ ਨੇ ਉਹਨਾਂ ਨੂੰ ਇੱਕ ਕਮਾਂਡ ਦੇ ਦਿੱਤੀ ਗਈ ਆ ਕਿ ਕੰਪਿਊਟਰਸ ਨੂੰ ਜਾਂ ਆਪਦੇ ਮਾਸਟਰ ਕੰਪਿਊਟਰ ਨੂੰ ਕਿ ਜੇਕਰ ਕੋਈ ਖਾਲਿਸਤਾਨ, ਖਾੜਕੂ ਲਹਿਰ, ਭਿੰਡਰਾਂ ਵਾਲਾ, ਇਸ ਤਰ੍ਹਾਂ ਦੇ ਅੱਖਰ ਵੀ ਇਹ ਜਿਹੜੇ ਵਰਤਦੇ ਆ ਇਹਨਾਂ ਦੀ ਨਿਸ਼ਾਨਦੇਹੀ ਕਰੋ, ਅਤੇ ਇਹਨਾਂ ਵਿੱਚੋਂ ਲੱਭ ਕੇ ਫਿਰ ਉਹਨਾਂ ਬੰਦਿਆਂ ਨੂੰ ਜਿਹੜੇ ਮੋਟੀਵੇਟ ਕਰਦੇ ਆ, ਜਿਹੜੇ ਸਿੱਖਾਂ ਨੂੰ ਸੱਚਾ ਪੱਖ ਦੱਸਦੇ ਆ, ਉਹਨਾਂ ਦੇ ਖਾਤੇ ਜਿਹੜੇ ਆ ਸਸਪੈਂਡ ਕਰੋ, ਖਾਤੇ ਬੰਦ ਕਰੋ। ਇਵੇਂ ਹੀ ਜਿਹੜੇ ਪੰਥ ਦੀ, ਕੌਮ ਦੀ, ਪੰਜਾਬ ਦੇ ਮਸਲਿਆਂ ਦੀ, ਜਿਵੇਂ ਪਿਛਲੇ ਦਿਨਾਂ 'ਚ ਜੇਜੀ ਬੈਂਸ ਦੇ ਅਕਾਊਂਟ ਦੀ ਗੱਲ ਚੱਲੀ ਸੀ ਟਵਿੱਟਰ ਦੇ, ਦੀ ਹੋਰ ਵੀ ਬਹੁਤ ਸਾਰੇ ਨੇ। ਖੁਦ ਮੇਰੇ ਪਿਛਲੇ 15 ਦਿਨ ਦੇ ਵਿੱਚ 4 ਫੇਸਬੁੱਕ ਖਾਤੇ ਜਿਹੜੇ ਆ ਉਹ ਬੰਦ ਕੀਤੇ ਗਏ, ਮੈਂ ਨਵਾਂ ਬਣਾ ਲੈਂਦਾ, ਉਹ ਵੀ ਬੰਦ ਕਰ ਦਿੰਦੇ। ਇਹ ਜਿਹੜਾ ਸਾਰਾ ਕੁਛ ਚੱਲ ਰਿਹਾ ਇਹਦੇ ਵਿੱਚ ਸਿੱਧੀ ਜੀ ਗੱਲ ਆ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਬਾਹਰਲੇ ਮੁਲਕਾਂ ਤੋਂ, ਅਮੈਰੀਕਾ, ਕੈਨੇਡਾ, ਇੰਗਲੈਂਡ ਤੋਂ ਜਾਂ ਹੋਰਨਾਂ ਥਾਵਾਂ ਤੋਂ ਪੰਜਾਬ ਦੇ ਵਿੱਚ ਜਿਹੜਾ ਯੂਟਿਊਬ ਚੈਨਲਾਂ ਦੇ ਰਾਹੀਂ ਜਾਂ ਹੋਰ ਪਲੈਟਫਾਰਮਾਂ ਦੇ ਰਾਹੀਂ ਗੱਲ ਆਉਂਦੀ ਸੀ ਉਹ ਵੀ ਬੜੀ ਬੰਦ ਕੀਤੀ ਗਈ। ਬਹੁਤ ਸਾਰੇ ਇਹੋ ਜਿਹੇ ਸਾਡੇ ਬਾਹਰਲੇ ਮੁਲਕਾਂ ਦੇ ਭਰਾ ਸੀ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਲਿਖਦੇ ਕਰਦੇ ਤਾਂ ਪਹਿਲਾਂ ਵਾਂਗ ਹੀ ਆ, ਪਰ ਹੁਣ ਸਾਨੂੰ ਪੰਜਾਬ ਦੇ ਵਿੱਚੋਂ ਰਿਸਪੋਂਸ ਨਹੀਂ ਮਿਲਦਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਇੰਡੀਆ ਦੇ ਵਿੱਚੋਂ ਸਾਨੂੰ ਰਿਸਪੋਂਸ ਨਹੀਂ ਮਿਲਦਾ। ਤੇ ਇੱਥੇ ਸਾਡੇ ਕੋਲੇ ਇਹੋ ਜਿਹੇ ਵੀ ਬਹੁਤ ਸਾਰੇ ਭਰਾ ਨੇ ਜਿਨ੍ਹਾਂ ਦੀ ਇਹ ਸ਼ਿਕਾਇਤ ਸੀ ਕਿ ਪੰਜਾਬ ਤੋਂ ਬਾਹਰ ਮੇਰੇ ਜਿਹੜੇ ਅਕਾਊਂਟ ਨੇ ਜਾਂ ਖਾਤੇ ਆ ਫੇਸਬੁੱਕ ਦੇ, ਉਹਨਾਂ ਦੀ ਰੀਚ ਬੰਦ ਕਰ ਦਿੱਤੀ ਗਈ। ਇਸ ਗੱਲ ਦੇ ਉੱਤੇ ਜੇ ਚਰਚਾ ਧਿਆਨ ਨਾਲ ਕੋਈ ਜਿਹੜੇ ਮਾਹਿਰ ਬੰਦੇ ਆ ਉਹ ਦੇਖਣ ਕਰਨਗੇ ਤਾਂ ਉਹ ਮਹਿਸੂਸ ਕਰ ਸਕਦੇ ਆ, ਦੇਖ ਸਕਦੇ ਆ ਇਸ ਤੱਥ ਨੂੰ ਕਿ ਕਿਵੇਂ ਉਹਨਾਂ ਲੋਕਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਜਿਹੜੇ ਪੰਥ ਅਤੇ ਪੰਜਾਬ ਦੇ ਲਈ ਬੋਲਦੇ ਆ, ਚਾਹੇ ਉਹ ਕੈਨੇਡਾ, ਅਮੈਰੀਕਾ ਤੋਂ ਬੈਠ ਕੇ TV 84 ਜਾਂ ਕੋਈ ਹੋਰ ਚੈਨਲ ਜਿਹੜੇ ਆ ਜਾਂ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਗੱਲ ਕਰਨ ਵਾਲੀਆਂ ਕੋਈ ਹੋਰ ਪਲੈਟਫਾਰਮ ਜਾਂ ਕੁਝ ਸ਼ਖਸੀਅਤਾਂ ਵੀ ਨੇ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਆਹ ਬੰਦਿਆਂ ਨੂੰ ਪੰਜਾਬ 'ਚ ਦਿਖਣ ਨਹੀਂ ਦੇਣਾ। ਤੇ ਇੱਥੇ ਕਈ ਜਿਹੜੇ ਭੈਣ ਭਰਾ ਨੇ ਉਹ ਸਾਡੇ ਪ੍ਰੋਗਰਾਮ ਨਹੀਂ ਦੇਖ ਪਾਉਂਦੇ, ਜਦੋਂ ਉਹ ਫੋਨ ਕਰਦੇ ਆ ਤਾਂ ਬੜਾ ਔਖਾ ਜਿਹਾ ਮਹਿਸੂਸ ਹੁੰਦਾ ਕਿ ਪੰਜਾਬ ਦੇ ਵਿੱਚ ਸਾਡੇ ਪ੍ਰੋਗਰਾਮ ਜਿਹੜੇ ਆ ਦੇਖਣ ਲਈ
लोग की करन। सो जिथे ये सारा कुछ चल रहा उथे सानू सिख कौम दे उत्ते भी एक गिला कि एक पासे तां स्टेट मशीनरी पूरा जोर ला के पंथ अते पंजाब नू समर्पित लोकां दी आवाज बंद करन उत्ते तुली हुई, दूजे पासे वो लोग जिहड़े इस खेतर विच डटे हुए ने उन्हां दा जिवें साथ सहयोग देना चाहीदा उवें नहीं दित्ता जा रहा। चाहे वह टीवी 84 की गल आ, चाहे होर जिहड़े अखबार मैगजीन जां प्लेटफॉर्म ने जां शख्सियतां ने उन्हां दा जिस तरीके नाल सहयोग कौम नूं देना चाहीदा उवें नहीं दित्ता जा रहा। कुछ सीमित जे हिस्से विच ही वह हमायत मिलदी आ ते उहदे नाल डंग नहीं पूरा हुंदा। इत्थे पंजाब दे विच पिछले दौर दे विच याद होना स्रोतियां नूं कि पहला संत सिपाही मैगजीन निकलता हुंदा सी जिहड़ा पंथ लई पंजाब लई आम तौर पर उदों उस सिख नूं वधिया चंगा सूझवान ते ज्ञानवान मन लिया जांदा सी जिहड़ा संत सिपाही वर्गा मैगजीन पढ़दा कि इह कौमी दर्द रखण वाला मैगजीन आ ते उहदे उहनूं पढ़न वाले नूं वखरा जिहा मन्निया जांदा। फिर खंडे धार भी आया, इह संपर्क आया, वंगार भी आया विचाले जी एक होर खालसा फतेहनामा, कई मैगजीन आए। इन्हां चों बहुते ज्यादा इस करके बंद हो जाते रहे क्योंकि आर्थिक तौर के उत्ते हमायत जिहड़ी सीगी उवें नहीं मिली जिवें मिलनी चाहीदी सी। इह नहीं कि इन्हां मैगजीनां दे विच कोई किसे किस्म की घाट सी, हालांकि मैं पिछले दौर विच बड़ी वार यह इतराज जाहिर करदा रहा कि जिहड़े पंथक मैगजीन निकलते हैं खालसा फतेहनामा वंगार आ जां होर इस वेले वह पूरा जोर ला के बड़ा सोहना मैगजीन कढ़दे आ ते 25-30 रुपए की उहदी कीमत हुंदी आ ते उहदे विच जिहड़ा मैटर आउंदा वह पंथ लई कौम लई बहुत जरूरी आ, उहनूं पढ़न की नौजवानी नूं सेध लैण की बड़ी लोड़ है। ते मैं उहनूं इह वी कहिंदा रिहा कि श्रोमणी गुरद्वारा प्रबंधक कमेटी भी मैगजीन कढ़दी आ पर बहुतां लोकां नूं पता ही नहीं होना हैगा कि गुरमत प्रकाशन आउंदा एक मैगजीन श्रोमणी कमेटी कढ़दी आ ते उह सानूं पढ़ना चाहीदा। ते मैं उदों इह सोचदा हुंदा सी जां असीं कई वारी इह गल करदे सी वी इहदा जिहड़ा मटीरियल आ मैटर आ विच इहदे वी उह उस पद्धर दा नहीं हैगा कि पाठक नूं अज दे नूं पसंद आउंदा होवे। पर मैं इह गल नाल दी नाल कहिंदा रिहा कि जिहड़े मसलियां नूं जिन्हां करंट विषयां नूं लै के होर यूट्यूब चैनल ने चाहे टीवी 84 दा जां होर जिहड़े मैगजीन निकलदे आ जां साडे होर परचे आ उहनां च करंट टॉपिक हुंदे आ पंथक नजरिए तों हुंदे आ उह कहिड़ा धड़ाधड़ विकदे आ जे गुरमत प्रकाश नहीं विकदा। गुरमत प्रकाश मैगजीन दा इस महीने दा जून महीने दा अंक जिहड़ा है उहदे विच उवें ही टठे हुए अकाल तख्त साहब की उन्होंने फोटो छापी है ते विच इहदे उवें ही पंथक नजरिए तो लिखे हुए वह सारे आर्टिकल ने जिहड़े जून 84 के संदर्भ में बड़े अहम मन्ने जा सकते हैं, बहुत डिटेल्ड बड़े चंगे तरीके नाल सारा उस दौर नूं बयान किया गया। यह बहुत एक चंगी गल आ कि यह जिहड़ा इतराज उठता सी कि जी इहदा पोलियां पोलियां लिख के सारदे रहिंदे आ ते गुरमत प्रकाश मैगजीन ने जेकर पंथ अते कौम नाल संबंधित मसलियां दे उत्ते डिटेल विच खुले दिल नाल इस तरह लिखण लिखाउण दा इह शुरू कीता तां चाहीदा तां हुण इह आ कि बड़े धड़ल्ले नाल इह मैगजीन जिहड़े आ उह लोकां दे विच मकबूल हो जाणा चाहीदा। मैनूं लगदा कि सब तों घट कीमत उत्ते गुरमत प्रकाश लोकां नूं मिलदा होणा, 5 रुपए दा इहदा इक अंक वा ते 50 रुपए इहदा साल दा चंदा। सिख परवाड़ी मैगजीन आ इक लुधियाणे वाले जिहड़े सिख मिशनरी कॉलेज फील्ड गंज वाले लुधियाणे वाले आ 25 रुपये उहदा चंदा ते 200 रुपया उहदा साल दा चंदा। वंगार मैगजीन आ
ਇਵੇਂ ਹੀ ਆ ਗੁਰਮਤ ਪ੍ਰਕਾਸ਼ ਆ 40 ਰੁਪਏ ਦਾ ਤੇ ਦਾ ਸਾਲ ਦਾ 400 ਰੁਪਿਆ ਚੰਦਾ ਕਿੱਥੇ ਇਹ ਮੈਗਜ਼ੀਨ ਚਲੋ ਇਹਨਾਂ ਬਾਰੇ ਤੁਸੀਂ ਕਈ ਕਹਿਣਗੇ ਕਿ ਜੀ 40 ਰੁਪਏ ਮਹੀਨੇ ਦੇ ਬੜੇ ਔਖੇ ਆ ਜੀ ਸਿੱਖ ਪਰਵਾੜੀ ਜੀ 25 ਰੁਪਏ ਚ ਬੜਾ ਔਖਾ ਪਰ ਆ ਤਾਂ 5 ਰੁਪਏ ਚ ਗੁਰਮਤ ਪ੍ਰਕਾਸ਼ ਆ ਗੁਰਮਤ ਪ੍ਰਕਾਸ਼ ਕਿੰਨਾ ਕੁ ਲੋਕ ਲੈਂਦੇ ਆ ਸਾਡੇ ਬੰਦਿਆਂ ਦੇ ਬਾਰੇ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਪਿਛਲੇ ਦਿਨੀ ਇੱਕ ਕੋਈ ਕਿਤਾਬ ਬਾਰੇ ਮੀਡੀਆ ਕਰਮਚਾਰੀਆਂ ਦੇ ਵਿੱਚੋਂ ਕਿਸੇ ਸੱਜਣ ਨੇ ਸਵਾਲ ਕੀਤਾ ਕਿ ਭਾਜੀ ਉਹ ਕਿਤਾਬ ਆਈ ਆ ਉਹਦੇ ਵਿੱਚ ਆਪਣੀਆਂ ਪੰਥਕ ਸ਼ਖਸੀਅਤਾਂ ਬਾਰੇ ਕੌਮੀ ਧਿਰਾਂ ਬਾਰੇ ਬਹੁਤ ਮਾੜਾ ਚੰਗਾ ਲਿਖਿਆ ਹੋਇਆ ਤੇ ਉਹ ਕਿਤਾਬ ਬਾਰੇ ਤੁਸੀਂ ਪੜ੍ਹੀ ਜਾਂ ਤੁਸੀਂ ਉਸ ਕਿਤਾਬ ਬਾਰੇ ਕੁਛ ਕਹਿਣਾ ਹੈ ਤੇ ਮੈਂ ਆਖਿਆ ਵੀ ਉਹਦੀ ਚਰਚਾ ਕਾਹਨੂੰ ਕਰਨੀ ਆ ਜਿਹਦਾ ਲੋਕਾਂ ਨੂੰ ਪਤਾ ਨਹੀਂ ਤੇ ਕਹਿੰਦਾ ਹੈ ਵੀ ਅੰਗਰੇਜ਼ੀ ਚ ਆ ਮੈਂ ਕਿਹਾ ਇੱਥੇ ਤਾਂ ਪੰਜਾਬੀ ਚ ਹੀ ਲੋਕ ਪੜ੍ਹਦੇ ਅੰਗਰੇਜ਼ੀ ਕਿਹੜੇ ਕਿਹਨੇ ਪੜ੍ਹਨੀ ਆ ਤੇ ਅੰਗਰੇਜ਼ੀ ਪੜ੍ਹਨ ਵਾਲੇ ਤਾਂ ਵੈਸੇ ਬਹੁਤ ਘੱਟ ਨੇ ਉਹ ਹੱਸਣ ਲੱਗ ਪਿਆ ਸੱਜਣਾ ਕਹਿੰਦਾ ਵੀ ਇਹ ਤਾਂ ਫਿਰ ਆਪਾਂ ਨੂੰ ਫਾਇਦਾ ਹੀ ਹੋ ਗਿਆ ਵੀ ਜਿਹੜੀ ਇੱਕ ਕਿਤਾਬ ਲਿਖੀ ਹੋਈ ਸਿੱਖਾਂ ਅਤੇ ਸਿੱਖੀ ਦੇ ਉਲਟ ਵਾ ਉਸ ਕਿਤਾਬ ਨੂੰ ਜੇ ਲੋਕ ਪੜ੍ਹਨ ਤਾਂ ਸਾਨੂੰ ਔਖਾ ਲੱਗੇ ਤੇ ਚੰਗੀ ਗੱਲ ਆ ਕੋਈ ਪੜ੍ਹਦਾ ਹੀ ਨਹੀਂ ਤੇ ਜਿਹੜਾ ਉਦੋਂ ਤਾਂ ਚਲੋ ਅਸੀਂ ਹਾਸੇ ਭਾਣੇ ਉਹ ਗੱਲ ਕਰਦੇ ਸੀ ਪਰ ਅਸੀਂ ਇਸ ਗੱਲ ਤੇ ਬਾਅਦ ਚ ਚਰਚਾ ਕੀਤੀ ਕਿ ਯਾਰ ਕਿੰਨਾ ਔਖਾ ਆ ਕਿੰਨੀ ਮਿਹਨਤ ਕਰਕੇ ਲੋਕ ਟੀਵੀ ਦੇ ਉੱਤੇ ਪੰਥਕ ਪ੍ਰੋਗਰਾਮ ਤਿਆਰ ਕਰਦੇ ਆ ਪਰ ਸਰੋਤਾ ਕਹਿੰਦਾ ਜੀ ਮੈਂ ਨਹੀਂ ਸੁਣਦਾ ਕਿੰਨੀ ਮਿਹਨਤ ਕਰਕੇ ਖਾਲਸਾ ਫਤਿਹਨਾਮਾ ਗੁਰਪੁਰ ਪ੍ਰਕਾਸ਼ ਜਾਂ ਹੋਰ ਮੈਗਜ਼ੀਨ ਜਿਹੜੇ ਆ ਉਹ ਚ ਲਿਖਤਾਂ ਲਿਖੀਆਂ ਜਾਂਦੀਆਂ ਨੇ ਕਿ ਅੱਜ ਦੀ ਜਵਾਨੀ ਨੂੰ ਕੋਈ ਰਾਹ ਦੱਸਿਆ ਜਾਵੇ ਕਿ ਪਹਿਲਾਂ ਸਾਡੇ ਨਾਲ ਕੀ ਹੋਇਆ ਤੇ ਅੱਗੇ ਸਾਡੇ ਨਾਲ ਕੀ ਵਾਪਰ ਸਕਦਾ ਹੈ 1984 ਦੇ ਘੱਲੂ ਘਾਰਿਆਂ ਤੋਂ ਬਾਅਦ ਕਿਸੇ ਸਮਾਜ ਸ਼ਾਸਤਰੀ ਨੇ ਕਿਹਾ ਕਿ ਦਿੱਲੀ ਦੇ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚ ਨਵੇਂ ਨਕੋਰ ਗੁਰਬਾਣੀ ਦੇ ਗੁਟਕੇ ਤੇ ਇਤਿਹਾਸ ਦੀਆਂ ਕਿਤਾਬਾਂ ਦੇ ਭੰਡਾਰੇ ਦਿਖਣ ਲੱਗ ਪਏ ਸੀ ਤੇ ਜਦੋਂ ਕਿਤਾਬਾਂ ਵੇਖਣੀਆਂ ਕਰਨੀਆਂ ਤੇ ਪਤਾ ਲੱਗਣਾ ਕਰਨਾ ਤਾਂ ਸਿੱਖਾਂ ਦਾ ਇਹ ਕਹਿਣਾ ਸੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਾਡੇ ਨਾਲ ਇੰਜ ਕਿਉਂ ਹੋਇਆ ਤੇ ਅਸੀਂ ਆਪਦੇ ਇਤਿਹਾਸ ਨਾਲ ਤੇ ਆਪਦੀ ਗੁਰਬਾਣੀ ਨਾਲ ਆਪਦੀਆਂ ਜੜ੍ਹਾਂ ਨਾਲ ਜੁੜਨਾ ਚਾਹੁੰਦੇ ਜਿਹੜੀ ਗੱਲ ਉਸ ਵੇਲੇ ਦੇ ਸਿੱਖ ਨੇ 1984 ਤੋਂ ਘੱਲੂ ਘਾਰੇ ਤੋਂ ਬਾਅਦ ਸਮਝੀ ਉਹੀ ਗੱਲ ਨੂੰ ਲੈ ਕੇ ਇਹ ਪੰਥਕ ਲੋਕ ਜਿਹੜੇ ਟੀਵੀ ਪ੍ਰੋਗਰਾਮ ਕਰਨ ਚਾਹੇ ਉਹ ਮੈਗਜ਼ੀਨ ਕੱਢਣ ਸਾਰੇ ਸੰਸਾਰ ਦੇ ਕਿਸੇ ਵੀ ਥਾਂ ਤੇ ਹੋਣ ਉਹ ਚਾਹੁੰਦੇ ਆ ਕਿ ਅਸੀਂ ਦੁਨੀਆਂ ਨੂੰ ਦੱਸੀਏ ਅਸੀਂ ਆਪਦੇ ਭਾਈਚਾਰੇ ਨੂੰ ਨੌਜਵਾਨੀ ਨੂੰ ਖਾਸ ਤੌਰ ਤੇ ਦੱਸੀਏ ਕਿ ਭਾਈ ਤੁਹਾਡੀ ਕੌਮ ਦੇ ਉੱਤੇ ਆਹ ਸੰਕਟ ਜਾਂ ਆਹ ਬਿਪਤਾ ਆ ਸਕਦੀ ਆ ਪਹਿਲੋਂ ਇੰਜ ਹੋਇਆ ਸੀ ਤੁਹਾਡਾ ਦੋਸਤ ਕੌਣ ਆ ਤੁਹਾਡਾ ਦੁਸ਼ਮਣ ਕੌਣ ਆ ਇਹ ਤੁਹਾਨੂੰ ਸਮਝ ਹੋਣੀ ਚਾਹੀਦੀ ਪਰ ਜਿਹੜੀ ਜਵਾਨੀ ਨੂੰ ਇਹ ਗੱਲ ਸਮਝਾਉਣੀ ਸੀ ਉਹ ਜਵਾਨੀ ਜਿਹੜੀ ਆ ਉਹ ਪੰਥਕ ਪਰਚਿਆਂ ਨੂੰ ਜਾਂ ਕੌਮੀ ਭਾਵਨਾ ਵਾਲੇ ਟੀਵੀ ਪ੍ਰੋਗਰਾਮਾਂ ਨੂੰ ਜਿਸ ਤਰ੍ਹਾਂ ਉਹਨਾਂ ਨੂੰ ਦੇਖਣਾ ਚਾਹੀਦਾ ਪੜ੍ਹਨਾ ਚਾਹੀਦਾ ਉਵੇਂ ਨਹੀਂ ਦੇਖ ਰਹੀ ਸਾਰੇ ਸੰਸਾਰ ਦੇ ਵਿੱਚ ਸਿੱਖ ਜਗਤ ਨਾਲ ਸੰਬੰਧਿਤ ਘਟਨਾਵਾਂ ਬਾਰੇ ਜਦੋਂ ਟੀਵੀ 84 ਜਾਂ ਹੋਰ ਪ੍ਰੋਗਰਾਮ ਕਰਦੇ ਹੈ ਤਾਂ ਚਾਹੀਦਾ ਤਾਂ ਇਹ ਹੈਗਾ ਕਿ ਹਰ ਇੱਕ ਸਿੱਖ ਹਰ ਇੱਕ ਥਾਂ ਦੇ ਉੱਤੇ ਇਉਂ ਬੈਠਾ ਹੋਵੇ ਟੀਵੀ 84 ਦੇ ਪ੍ਰੋਗਰਾਮ ਤੋਂ ਕਿ ਸੱਚ ਤਾਂ ਇੱਥੋਂ ਦੱਸਣਾ ਉਹਨਾਂ ਨੇ ਸਰਕਾਰੀ ਪੱਖ ਕੀ ਆ ਛੱਡੋ ਇੱਥੋਂ ਦੇਖਾਂਗੇ ਇਹ ਕੀ ਕਹਿੰਦੇ ਪਰ ਉਵੇਂ ਨਹੀਂ ਹੈ ਤੇ ਇਹਦੀ ਬਜਾਏ ਜੇਕਰ ਕਿਸੇ ਅੱਜ ਦੇ ਆ ਜਿਹੜੇ ਗਾਇਕ ਨੇ ਜਿਨ੍ਹਾਂ ਦਾ ਏਜੰਡਾ ਭਾਰਤੀ ਹਕੂਮਤੀ ਤੰਤਰ ਦੇ ਏਜੰਡੇ ਨਾਲ ਪੂਰਾ ਮੇਲ ਖਾਂਦਾ ਜਦੋਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਲਿਖੀ ਆ ਜਾਂ ਜਦੋਂ ਹੋਰ ਅਸੀਂ ਪੜ੍ਹਦੇ ਹਾਂ KPS ਗਿੱਲ ਦੀਆਂ ਲਿਖਤਾਂ ਉਹਦੇ 'ਚ ਸਾਫ਼ ਉਹ ਕਹਿੰਦਾ ਹੈ ਕਿ ਅਸੀਂ ਇਹ ਮਿਥ ਲਿਆ ਸੀਗਾ ਕਿ ਪੰਜਾਬ ਜਿਹੜਾ ਹੈ ਇੱਥੇ ਖਾਲਿਸਤਾਨੀ ਲਹਿਰ ਨੇ ਖਾੜਕੂਆਂ ਨੇ ਜੋ ਕੁਝ ਕਿਹਾ ਉਹਦੇ ਅਸੀਂ ਉਲਟ ਕਰਕੇ ਦਿਖਾਉਣਾ ਜੇ ਖਾੜਕੂ ਕਹਿੰਦੇ ਆ ਕਿ ਨਸ਼ੇ ਨਹੀਂ ਹੋਣੇ ਚਾਹੀਦੇ ਤਾਂ ਅਸੀਂ ਨਸ਼ੇ ਲਿਆਵਾਂਗੇ ਜੇ ਉਹ ਕਹਿੰਦੇ ਆ ਇੱਥੇ ਅਜਾਸ਼ੀ ਬਦਮਾਸ਼ੀ ਵਾਲਾ ਨਸ਼ਿਆਂ ਵਾਲਾ ਮਾਹੌਲ ਨਹੀਂ ਹੋਣਾ ਚਾਹੀਦਾ ਅਸੀਂ ਲਿਆਵਾਂਗੇ ਸੱਭਿਆਚਾਰਕ ਮੇਲਿਆਂ ਦੇ ਨਾਂ ਹੇਠ ਜੋ ਗੰਦਗੀ ਦੀ ਲਹਿਰ ਸ਼ੁਰੂ ਕੀਤੀ ਗਈ ਅੱਜ ਉਹਦੇ ਵਿੱਚ ਬਹੁਤ ਸਾਰੇ ਨਵੇਂ ਗਾਇਕ ਗੀਤਕਾਰ ਕਲਾਕਾਰ ਜਦੋਂ ਆਉਂਦੇ ਆ ਤਾਂ ਇਹ ਕਹਿਣ ਦੀ ਬਜਾਏ ਕਿ ਇਹੀ ਕੰਮ ਕਰਦਾ ਕਰਾਉਂਦਾ ਸੀ ਚਮਕੀਲਾ ਜਿਹਨੂੰ ਖਾੜਕੂ ਸਿੰਘਾਂ ਨੇ ਉਸ ਵੇਲੇ
गड्डी चढ़िया भी ये काम गलत है। उल्टा यह कहा जाता भी हुण इन्हां दा यह भी तो गाँव ही है जी, चमकीला भी गाँव रहा तो हो जाता। यह नहीं कहा जा रहा कि भाई देखो माड़ी गल तो माड़ी हुई है, इन्हों भी नहीं करनी चाहिए। यह कहा जा रहा भी फिर की हो गया जी, जो भी गद पाँदा रहा भी तो पाई रहे। उस वेले की सिख जवानी ने, उस वेले के कौमी दर्द रखण वाले ने, पंजाब का भला लोचण वाले ने, जेकर असभ्यक फूहड़ अयाश बदमाश नशेड़ी ते गलत गल के खिलाफ जिहाद आरंभिया, समाज सुधार लहर तोरी जिदे विच कहा गया कि इन्ने बंदे बरात च आउणे आ, आ नहीं करना वह नहीं करना, तां उहदा उस गल का अज के समय नाल जे टाकरा करिए तां कई बार लोग ये चर्चा करते भी ने भी चंगे दिन अज ने क्यों सी। कई जिहड़े लिखण वाले आ जां पढ़न वाले आ उह कहणगे जी काले काले दौर दी, कई इत्थे साडे इहो जिहे सज्जण आ वह किताब का नौ उ देखी उत्तर लिखा वो काले दिन की दास्तान, काला दौर। अच्छा वह दौर काला सीगा जदों हरेक बंदे नू इंसाफ की सिखां कोलों आस सी कि जेकर कोई वधीकी जेकर कोई मेरी धी नाल धक्का होगा तो जुझारू सिंह मेरा इंसाफ करनगे। अज बड़ा इंसाफ हो रहा, अज चिट्टे दिन ने गए, अज पंजाब दे हर घर विच हर पंजाबी नू हर भारती नू देख रहा है कि की वापर रहा। अज लोग कहते हैं जदों कोई माड़ी घटना वापर जाती है, जदों गल हद्दां बन्ने टप जाती है कि अज हुंदे ना संत भिंडरां वाले, अज हुंदे ना खालिस्तानी जुझारू, अज उन्हां दी लोड़ महसूस की जा रही है। जदों वह दौर सी उदों वो कई की राय जी नैगेटिव सी, सो काले दिन वह सी एक अजवा। जो ये गल चलती है तो उन्होंने दिनों के चेते करिए कि हर एक सही गल की हमायत सिखा वालों होंगी सी, गलत गल का विरोध होंगे। अज अज जिहड़े सिखी सिखा के खिलाफ माहौल सिरजदे लोग ने, सिखी सिखा के हितों के उल्ट भुगत दे लोग ने, अज का सारा सिस्टम उन्हां वल वा टैलीविजन चैनलों के उत्ते यूट्यूब चैनलों के उत्ते इतों तक के सोशल मीडिया के प्लेटफॉर्मों के उत्ते अज जिस सिस्टम की पकड़ वा जां जिस पासे लोगों नूं खड़ा किया जा रहा वो सारा कुछ आ जिहड़ा सिखी की चढ़ती कला नहीं होण दे रहा, जिहड़ा गाउण वालियां नूं उन्हां अखौती साध बाबियां नूं सिखी दे दुश्मनां नूं प्रमोट करदा है, वह माहौल जिहड़ा सिखी अते सिखां दीआं जड़ां वढ़दा वह सिरजण दे लई तां खुल्ली छुट्टी है। पर जेकर कोई पंथ की गल करन कराउण लगे उहदे राह च रोड़े है, उहनूं कहदे आ नहीं तैनूं बोलण नहीं देणा। एक इत्थे होर बड़ी अजीब गल आ कि जिहड़ियां गल्लां टीवी 84 खालसा फतेहनामा वगार जां गुरमत प्रकाश जां होर 1978 तो चले हुए संघर्ष के मुतलक करदे कराउंदे है, उन्हां गल्लां दे बारे एक बिल्कुल उल्ट विरोधी भी एक प्रवचन है। एक धिर वह आ जिहड़ी स्टेट की बोली बोलती है, जिहड़ी संत भिंडरां वालियां नूं खालिस्तानी लहर नूं इंडिया दे नजरिए तो देखदी, एक साडी पंथक लहर वा कौमी लहर वा, दोनों दे विचाले एक तीजी धिर पैदा हुई है। वह बिच विचाला जिहा कर लैंदे आ, उन्हां नूं समझ लग गई कि सिखां तों पैसे बनाउणे बड़े सौखे है। उसे दिशे उत्ते सच्चा सुच्चा प्रोग्राम सच्ची सुची लिखत टीवी 84 जां किसी होर प्रोग्राम ते आ रहा होवे तां उधर ज्यादा उवें ध्यान देण दी बजाए साढ़े बहुत सारे भाईचारे दे लोग रितेश लखी दा शो देखण बह जाणगे। रितेश लखी जदों पीटीसी ते भी काम करदा सी उस मौके भी जां अज भी
ਉਹ ਬੜਾ ਠੋਕ ਵਜਾ ਕੇ ਇੰਡੀਅਨ ਨੈਸ਼ਨਲਿਸਟ ਵਾ ਤੇ ਉਸ ਧਿਰ ਵੱਲੋਂ ਖੜ ਕੇ ਹੀ ਉਹਨੇ ਆਪਦੀ ਸਾਰੀ ਗੱਲ ਕਹਿਣੀ ਕਹਾਉਣੀ ਹੁੰਦੀ। ਪਰ ਜਦੋਂ ਉਹ ਪਿਛਲੇ ਕੁਛ ਦਿਨਾਂ ਤੋਂ ਕੁਛ ਚਿਰ ਤੋਂ ਉਹਨੇ ਇੱਕ ਆਪਦਾ ਯੂਟਿਊਬ ਚੈਨਲ ਖੋਲਿਆ ਹੈ ਜਿਹਦੇ ਵਿੱਚ ਉਹ ਖਾਲਿਸਤਾਨੀ ਸੰਘਰਸ਼ ਦੀਆਂ ਸਾਰੀਆਂ ਜਿਹੜੀਆਂ ਆਪਦੀਆਂ ਗੱਲਾਂ ਬਾਤਾਂ ਉਹ ਕਰਦਾ, ਪਿੰਕੀ ਕੈਟ ਨਾਲ ਵੀ ਉਹਨੇ ਗੱਲਬਾਤ ਕੀਤੀ, ਹੋਰ ਵੀ ਕਈ ਮਸਲਿਆਂ ਦੇ ਉੱਤੇ ਚਰਚਾ ਕਰਦਾ ਕਰਾਉਂਦਾ ਹੈ। ਕਮਾਲ ਦੀ ਗੱਲ ਹੈ ਕਿ ਉਹ ਮਸਲਿਆਂ ਦੇ ਉੱਤੇ ਉਹ ਇੰਡੀਅਨ ਨਜ਼ਰੀਏ ਤੋਂ ਤਕਰੀਬਨ ਜ਼ਿਆਦਾ ਗੱਲ ਕਰਦਾ ਹੈ। ਉਹ ਖਾੜਕੂ ਧਿਰਾਂ ਦੇ ਬਾਰੇ, ਖਾਲਿਸਤਾਨੀ ਧਿਰਾਂ ਦੇ ਦਰਦ ਬਾਰੇ, ਪੀੜ ਬਾਰੇ ਥੋੜ੍ਹੇ ਬਹੁਤੇ ਲਫ਼ਜ਼ ਮਿੱਠੀ ਬੋਲੀ 'ਚ ਬੋਲ ਕੇ ਬਾਕੀ ਉਹ ਸਾਰਾ ਕੁਛ ਉਹ ਕਹਿੰਦਾ ਜੋ ਉਹਨੂੰ ਭਾਰਤੀ ਹਕੂਮਤੀ ਨਜ਼ਰੀਏ ਤੋਂ ਕਹਿਣਾ ਚਾਹੀਦਾ। ਹੋਣਾ ਤਾਂ ਇਹ ਚਾਹੀਦਾ ਕਿ ਸਿੱਖ ਭਾਈਚਾਰੇ ਨੂੰ ਉਹਦੇ ਪ੍ਰੋਗਰਾਮਾਂ ਦੇ ਨਾਲੋਂ ਜਿੱਥੇ ਕੋਈ ਸੱਚੀ ਸੁੱਚੀ ਗੱਲ ਜਿਹੜੀ ਪੰਥਕ ਲਹਿਜੇ ਤੋਂ, ਪੰਥਕ ਨਜ਼ਰੀਏ ਤੋਂ ਕਹੀ ਜਾ ਰਹੀ ਹੈ, ਕੌਮੀ ਨਜ਼ਰੀਏ ਤੋਂ ਕਹੀ ਜਾ ਰਹੀ ਹੈ, ਸਿੱਖ ਨਜ਼ਰੀਏ ਤੋਂ ਕਹੀ ਜਾ ਰਹੀ ਹੈ, ਖਾਲਿਸਤਾਨੀ ਨਜ਼ਰੀਏ ਤੋਂ ਕਹੀ ਜਾ ਰਹੀ ਹੈ, ਵੀ ਉਹਨੂੰ ਸੁਣ ਲਿਆ ਜਾਵੇ। ਪਰ ਇੰਡੀਅਨ ਨੈਸ਼ਨਲਿਸਟ ਨਜ਼ਰੀਏ ਤੋਂ ਕਹੀ ਹੋਈ ਰਿਤੇਸ਼ ਲੱਖੀ ਦੀ ਗੱਲ ਤੇ ਜ਼ਿਆਦਾ ਯਕੀਨ ਆ, ਤੇ ਸਿੱਖ ਮਾਈਂਡਸੈਟ ਤੋਂ ਆ ਰਹੀ ਗੱਲ ਜਿਹੜੀ ਆ ਉਹਨੂੰ ਉਹਨਾਂ ਨਹੀਂ ਦਿੱਤਾ ਜਾ ਰਿਹਾ। ਮੈਂ ਇੱਕ ਦਿਨ ਪਿੱਛੇ ਜੇ ਵੀ ਗੱਲ ਕੀਤੀ ਸੀ, ਇੱਕ ਬਲਜੀਤ ਪਰਮਾਰ ਬੰਬੇ ਦੇ ਵਿੱਚ ਮੀਡੀਆ ਦੇ ਵਿੱਚ ਕੰਮ ਕਰਨ ਵਾਲਾ ਜਰਨਲਿਸਟ ਭਰਾ ਹੋਇਆ, ਉਹ ਹੁਣ ਮਗਰਲੀ ਉਮਰੇ ਇੱਥੇ ਪੰਜਾਬ ਆ ਗਿਆ। ਉਹਨੇ ਕੋਈ ਟੀਵੀ ਆਪਦਾ ਇੰਟਰਵਿਊ ਚੈਨਲਾਂ ਦਾ ਸਿਸਟਮ ਖੜਾ ਕੀਤਾ ਯੂਟਿਊਬ ਦੇ ਉੱਤੇ। ਉਹਨੇ ਇੱਕ ਸਟੋਰੀ ਕੀਤੀ ਸੀ ਕਿ ਜਦੋਂ ਉੱਥੇ ਬੰਬੇ ਰਹਿੰਦਾ ਸੀ ਤੇ ਇੱਕ ਇਹੋ ਜਿਹਾ ਬਲੋਕ ਸੀਗਾ ਜਿੱਥੇ ਮੇਰੀ ਹੇਠਲੇ ਫਲੋਰ ਤੇ ਸੀ ਰਿਹਾਇਸ਼, ਤੇ ਉੱਪਰ ਕੁਛ ਗੜਬੜ ਹੋਈ ਤੇ ਉਹ ਬੰਦੇ ਤਾਂ ਨਿਕਲ ਗਏ, ਪੁਲਿਸ ਦੀ ਛਾਪੇਮਾਰੀ ਤੋਂ ਸਮਾਨ ਜਿਹੜਾ ਸੀਗਾ ਉਹ ਉਸ ਕਮਰੇ ਚੋਂ ਚੱਕ ਕੇ ਮੇਰੇ ਰੂਮ ਚ ਲਿਆਂਦਾ ਗਿਆ। ਉਹ ਜਿਹੜੇ ਬੰਦੇ ਭੱਜੇ ਸੀ ਉਹਨਾਂ ਬਾਰੇ ਪਤਾ ਲੱਗਿਆ ਕਿ ਇਹ ਤਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਉਹਦੇ ਨਾਲ ਦੇ ਸਿੰਘ ਸੀਗੇ ਭਾਈ ਨਿਰਮਲ ਸਿੰਘ ਨਿੰਮਾ ਤੇ ਹੋਰ ਖਾੜਕੂ, ਜਿਨ੍ਹਾਂ ਨੇ ਬਾਅਦ ਚ ਦਰਬਾਰ ਸਾਹਿਬ ਤੇ ਹਮਲੇ ਦਾ ਦੋਸ਼ੀ ਬੈਦਿਆ ਜਿਹੜਾ ਸੀ ਉਹਨੂੰ ਸੋਧਾ ਲਾਇਆ ਸੀ। ਉਹਨੇ ਉਹ ਨਿੱਕੀ ਜਿਹੀ ਇੱਕ ਕਹਾਣੀ ਵੀ ਸਿਰਫ ਇੰਨੀ ਗੱਲ ਸੀ ਵੀ ਉੱਥੇ ਹੀ ਉਹ ਰਹਿੰਦਾ ਸੀ ਬਲਜੀਤ ਪਰਮਾਰ, ਤੇ ਉਸੇ ਹੀ ਰਿਹਾਇਸ਼ੀ ਕੰਪਲੈਕਸ ਦੇ ਵਿੱਚ ਉੱਪਰ ਦੋ ਤਿੰਨ ਫਲੋਰ ਕਿਤੇ ਇਹ ਰਹਿੰਦੇ ਸੀ। ਹੁਣ ਖਾੜਕੂਵਾਦ ਨਾਲ ਸੰਬੰਧਿਤ ਇੱਕ ਘਟਨਾ ਜਿਹੜੀ ਬਲਜੀਤ ਪਰਮਾਰ ਨੇ ਬੋਲੀ ਉਹਦੀ ਕਰਕੇ ਉਹਦਾ ਪੂਰਾ ਚੈਨਲ, ਉਹਦੀ ਪੂਰੀ ਗੱਲਬਾਤ, ਸਾਰੇ ਜਿਹੜੇ ਉਹਨੇ ਹੋਰ ਬਾਅਦ ਚ ਸਟੋਰੀਆਂ ਵਗੈਰਾ ਕੀਤੀਆਂ ਉਹ ਲੋਕਾਂ ਨੇ ਸੁਣਨੀਆਂ ਸੁਣਾਉਣੀਆਂ ਬੜੇ ਸ਼ੁਰੂ ਕੀਤੀਆਂ। ਹੁਣ ਭਾਈ ਜਿੰਦੇ ਸੁੱਖੇ ਦੇ ਨਾਂ ਨੂੰ ਦੇਖ ਕੇ ਬਲਜੀਤ ਪਰਮਾਰ ਦੇ ਉਹਨਾਂ ਹੋਰ ਕਈ ਇਹੋ ਜਿਹੀਆਂ ਕਹਾਣੀਆਂ ਨੂੰ ਸੁਣ ਕੇ ਸਾਡੇ ਸਾਰੇ ਭਾਈਚਾਰੇ ਨੇ ਉਹਨੂੰ ਸੁਣਨਾ ਸ਼ੁਰੂ ਕਰ ਲਿਆ। ਰਿਤੇਸ਼ ਲੱਖੀ ਜਿਹੜਾ ਉਹ ਸਾਰੇ ਦਾ ਸਾਰਾ ਭਾਰਤੀ ਨਜ਼ਰੀਏ ਤੋਂ ਬੋਲਦਾ ਹੈ, ਸਿਆਣਾ ਆ ਤੇ ਸਿਆਣਪ ਦੇ ਨਾਲ ਗੱਲ ਕਰਦਾ ਤੇ ਇਸ ਤਰੀਕੇ ਨਾਲ ਗੱਲ ਪ੍ਰਜੈਂਟ ਕਰਦਾ ਕਿ ਛੇਤੀ ਕੀਤੇ ਬੰਦੇ ਦੀ ਪਕੜ 'ਚ ਨਹੀਂ ਆਉਂਦੀ, ਪਰ ਹਕੀਕੀ ਤੌਰ ਤੇ ਉਹ ਇਹ ਕੋਈ ਉਹਦਾ ਵੀ ਉਹ ਜਾਣੀ ਕਿ ਭਾਰਤੀ ਨਜ਼ਰੀਏ ਤੋਂ ਬੋਲਦਾ। ਇਵੇਂ ਹੀ ਹੋਰ ਬਹੁਤ ਸਾਰੇ ਨੇ, ਜੇ ਆਪਾਂ ਨਾਂ ਲੈਣ ਬਹਿ ਜਾਈਏ ਘੱਟੋ ਘੱਟ 150 ਇਹੋ ਜਿਹਾ ਭਾਰਤੀ ਰਾਸ਼ਟਰਵਾਦੀ ਹੈ ਜਿਹੜਾ ਖਾਲਿਸਤਾਨੀ ਸੰਘਰਸ਼ ਦੀਆਂ ਗੱਲਾਂ ਬਾਤਾਂ ਸੁਣਾ ਕੇ ਚੰਗੇ ਨੋਟ ਕਮਾ ਰਿਹਾ। ਨਾਲੇ ਤਾਂ ਸਾਡੇ ਬੰਦੇ ਗਲਤ ਸਮਾਨ ਉਹਨਾਂ ਤੋਂ ਆਪਦੇ ਦਿਮਾਗ 'ਚ ਪਵਾ ਰਹੇ ਨੇ, ਕਿਉਂਕਿ ਜਿਹੜਾ ਕੁਛ ਉਹ ਦੱਸ ਰਹੇ ਨੇ ਉਹ ਭਾਰਤੀ ਨਜ਼ਰੀਏ ਤੋਂ ਦੱਸ ਰਹੇ। ਨਾਲੇ ਸਾਡੇ ਬੰਦੇ ਉਹਨਾਂ ਦੇ ਪੈਸੇ ਬਣਾ ਰਹੇ ਨੇ, ਤੇ ਉਹੀ ਚੀਜ਼ ਸੱਚੇ ਤੇ ਸੁੱਚੇ ਅਰਥਾਂ 'ਚ ਜਦੋਂ ਖਾਲਿਸਤਾਨੀ ਜਾਂ ਪੰਥਕ ਲੋਕ ਦੇਣਾ ਚਾਹੁੰਦੇ ਆ, ਚਾਹੇ ਉਹ TV84 ਤੇ ਹੋਰ ਚੈਨਲਾਂ ਰਾਹੀਂ ਆ, ਚਾਹੇ ਉਹ ਮੈਗਜ਼ੀਨਾਂ ਰਾਹੀਂ ਆ ਕਿ ਖਾਲਸਾ ਫਤਿਹਨਾਮਾ ਪੜ੍ਹ ਲਓ, ਵੰਗਾਰ ਪੜ੍ਹ ਲਓ, ਗੁਰਮਤ ਪ੍ਰਕਾਸ਼ ਪੜ੍ਹ ਲਓ, ਇੱਧਰ ਵਾਲੇ ਪਾਸੇ ਨਹੀਂ ਆਉਂਦੇ। ਮੈਂ ਜਿਵੇਂ ਗੱਲ ਕੀਤੀ ਆ ਕਿ ਕਾਲੇ ਦਿਨ, ਉਹਨਾਂ ਦਿਨਾਂ ਦੇ ਵਿੱਚ ਜਿਵੇਂ ਅੱਜ ਆਵਾਜ਼ ਦੱਬੀ ਜਾ ਰਹੀ ਆ ਜਦੋਂ ਪੱਤਰਕਾਰਾਂ ਨੂੰ ਅਖਬਾਰਾਂ ਨੂੰ ਖਬਰ ਦੇਣ ਲਈ ਕਹਿਣਾ ਵੀ ਆ ਸਾਡੀ ਖਬਰ ਦੇ ਦਿਓ, ਤਾਂ ਉਹ ਅਖਬਾਰ ਤੇ ਕਈ ਵਾਰੀ ਪੁੱਠੇ ਤਰੀਕੇ ਨਾਲ ਖਬਰ ਛਪੀ ਹੋਈ ਦੇਖਣੀ।
ਨੌਜਵਾਨਾਂ ਨੇ ਜਿਹੜਾ ਨੇ ਜਾ ਕੇ ਪੱਤਰਕਾਰ ਨੂੰ ਘੇਰਨਾ ਵੀ ਭਾਈ ਤੂੰ ਆ ਕੀ ਕਰਤਾ, ਉਹ ਕਹਿੰਦਾ ਮੈਂ ਤਾਂ ਉਵੇਂ ਭੇਜੀ ਸੀ ਜਿਵੇਂ ਤੁਸੀਂ ਦੇ ਕੇ ਗਏ ਹੋ, ਇਹ ਉੱਪਰ ਗੜਬੜ ਹੋਈ ਹੈ। ਕਈ ਇਹੋ ਜਿਹੇ ਘਟਨਾਕ੍ਰਮ ਵਾਪਰੇ ਜਿਨ੍ਹਾਂ ਤੋਂ ਬਾਅਦ ਵਿੱਚ ਇਹ ਚਰਚਾ ਚੱਲ ਪਈ ਵੀ ਖਾੜਕੂ ਧੱਕਾ ਕਰਦੇ ਆ ਜੀ, ਮਨ ਮਰਜ਼ੀ ਦੀਆਂ ਖਬਰਾਂ ਲਵਾਉਂਦੇ। ਇੱਥੋਂ ਤੱਕ ਕਿ ਉਦੋਂ ਪੰਥਕ ਕਮੇਟੀ ਵੱਲੋਂ ਵੀ ਜਾਬਤਾ ਕੋਡ ਜਿਹੜਾ ਸੀਗਾ ਕਿ ਆਹ ਨਹੀਂ ਕਹਿਣਾ ਉਹ ਕਹੋ, ਬੜਾ ਕੁਛ ਉਦੋਂ ਹੋਇਆ ਸੀ ਜਿਨ੍ਹਾਂ ਨੂੰ ਉਹ ਦਿਨ ਚੇਤੇ ਆ ਕਿ ਕਿਵੇਂ ਜੁਝਾਰੂਆਂ ਨੂੰ ਫਿਰ ਆਪਦਾ ਪੱਖ ਇਹਨਾਂ ਅਖਬਾਰਾਂ ਮੈਗਜ਼ੀਨਾਂ ਚ ਵੀ ਜੇ ਤੁਸੀਂ ਸਾਡੇ ਖਿਲਾਫ ਹੀ ਚੱਲੀ ਜਾਣਾ ਫਿਰ ਨਹੀਂ ਆ, ਇੱਧਰ ਆਓ ਸੱਚੀ ਗੱਲ ਵੀ ਲਿਖੋ, ਅਸੀਂ ਦੱਸਦੇ ਹਾਂ ਸੱਚ ਕੀ ਸੀ। ਬੜੇ ਘਟਨਾਕ੍ਰਮ ਇਹੋ ਜਿਹੇ ਹੋਏ ਆ ਜਿਨ੍ਹਾਂ ਬਾਰੇ ਅੱਜ ਰਿਪੇਸ਼ ਲੱਖੀ ਜਾਂ ਹੋਰ ਪ੍ਰੋਗਰਾਮ ਕਰਕੇ ਕਹਿੰਦੇ ਆ ਕਿ ਅਸਲ ਵਿੱਚ ਤਾਂ ਗੱਲ ਐਂ ਹੋਈ ਸੀ। ਜਾਣੀ ਕਿ ਉਹਨਾਂ ਦਿਨਾਂ ਦੇ ਵਿੱਚ ਮੀਡੀਆ ਦੇ ਰਾਹੀਂ ਜਿਨ੍ਹਾਂ ਲੋਕਾਂ ਨੇ ਝੂਠ ਸਥਾਪਿਤ ਕੀਤਾ, ਜਿਸ ਧਿਰ ਨੇ ਸਾਡੀ ਲਹਿਰ ਨੂੰ ਲੋਕਾਂ ਦੇ ਨਜ਼ਰ ਚ ਬਦਨਾਮ ਕਰਨ ਵਾਲੀਆਂ ਖਬਰਾਂ ਛਾਪੀਆਂ, ਅੱਜ ਉਸੇ ਧਿਰ ਦੇ ਧਿਰ ਨੇ ਨਵੇਂ ਬੰਦੇ ਨਵੇਂ ਸਾਧਨਾਂ ਰਾਹੀਂ ਖੜੇ ਕਰ ਲਏ ਤੇ ਹੁਣ ਉਹ ਕਹਿੰਦੇ ਆ ਨਹੀਂ ਨਹੀਂ ਉਦੋਂ ਗਲਤੀ ਹੋਈ ਸੀਗੀ, ਐ ਨੀ ਐ ਹੋਇਆ ਸੀ। ਉਦੋਂ ਕਿਸੇ ਰਿਤੇਸ਼ ਲੱਖੀ ਵਰਗੇ ਨੇ ਹੀ ਖਬਰਾਂ ਛਾਪੀਆਂ ਲਾਈਆਂ ਮੀਡੀਆ ਦੇ ਵਿੱਚ ਕਿ ਆਹ ਘਟਨਾ ਇੰਜ ਹੋਈ ਸਰਕਾਰੀ ਨਜ਼ਰੀਏ ਤੋਂ, ਤੇ ਅੱਜ ਥੋੜੀ ਬਹੁਤੀ ਹੇਰਾਫੇਰੀ ਕਰਕੇ ਨਹੀਂ ਨਹੀਂ ਇਹ ਗੱਲ ਅਸਲ ਵਿੱਚ ਐ ਨੀ ਐ ਹੋਈ ਸੀ, ਥੋੜਾ ਜਿਹਾ ਕਰਕੇ ਟਵਿਸਟ ਕਰਕੇ ਫਿਰ ਮੇਰਾ ਦੇਸ਼ ਮਹਾਨ ਫਿਰ ਕਹੀ ਜਾਂਦੇ ਆ। ਕਹਿਣਾ ਤਾਂ ਇਹ ਚਾਹੀਦਾ ਕਿ ਭਾਈ ਦੇਖੋ ਉਦੋਂ ਕਿੱਡਾ ਜ਼ੁਲਮ ਹੋਇਆ, ਦੇਖੋ ਕਿੱਡਾ ਜਬਰ ਹੋਇਆ, ਇਸ ਕਰਕੇ ਉਸ ਟਾਈਮ ਜਿਹੜੇ ਖਾੜਕੂ ਸੀ ਉਹ ਬਿਲਕੁਲ ਸਹੀ ਲੜਾਈ ਲੜ ਰਹੇ ਸੀ। ਪਰ ਇਹ ਜਿਹੜਾ ਮੀਡੀਆ ਇਸ ਵੇਲੇ ਦਾ ਜਿਹਨਾਂ ਦੀ ਮੈਂ ਗੱਲ ਕਰ ਰਿਹਾ ਰਾਸ਼ਟਰਵਾਦੀ ਮੀਡੀਆ, ਇਹ ਕਹਿੰਦਾ ਹੈਗਾ ਠੀਕ ਆ ਜੀ ਉਦੋਂ ਮਾੜਾ ਮੋਟਾ ਧੱਕੇਸ਼ਾਹੀ ਹੋ ਗਈ, ਬੰਦੇ ਨਜਾਇਜ਼ ਮਾਰੇ ਗਏ, ਮਾੜਾ ਮੋਟਾ ਗਲਤ ਹੋਇਆ, ਪਰ ਦੋਨੇ ਪਾਸੇ ਹੋਇਆ ਜੀ, ਬੜਾ ਮਾੜਾ ਹੋਇਆ ਦੋਨੇ ਪਾਸੇ ਹੋਇਆ, ਇਹ ਜੇ ਕਰਕੇ ਨਾਲ ਕਹਿ ਦੇਣਗੇ ਬਈ ਖਾੜਕੂ ਗਲਤ ਸੀਗੇ ਤੇ ਖਾਲਿਸਤਾਨੀ ਲਹਿਰ ਗਲਤ ਸੀਗੀ ਤੇ ਮੈਂ ਦੇਸ਼ ਭਗਤ ਹਾਂ ਤੇ ਮੇਰਾ ਦੇਸ਼ ਮਹਾਨ। ਇੱਕ ਪਾਸੇ ਪੂਰਾ ਜ਼ੋਰ ਲਾ ਕੇ ਸਾਬਤ ਕਰਨ ਲੱਗੇ ਹੋਏ ਕਿ ਅਸੀਂ ਬੜੇ ਨਿਰਪੱਖ ਵਾਂ, ਹੁਣ ਇਹ ਨਿਰਪੱਖਤਾ ਨਿਰਪੱਖਤਾ ਵਾਲੀ ਗੱਲ ਤੋਂ ਜੇ ਅੱਗੇ ਆਈਏ ਵੀ ਸਿੱਖ ਨੂੰ ਕੀ ਦੇਖਣਾ ਚਾਹੀਦਾ, ਸਿੱਖਾਂ ਨੂੰ ਕੀ ਸੁਣਨਾ ਚਾਹੀਦਾ। ਇੱਕ ਪਾਸੇ ਤਾਂ ਇੰਡੀਅਨ ਸਟੇਟ ਪੂਰੇ ਸ਼ਿਕੰਜੇ ਕਸੀ ਜਾ ਰਹੀ ਆ ਤੇ ਸੱਚੀ ਸੁੱਚੀ ਗੱਲ ਕਰਨ ਵਾਲਿਆਂ ਦੇ ਨਗੰਦੇ ਕਸੇ ਜਾ ਰਹੇ, ਦੂਜੇ ਪਾਸੇ ਸਾਡਾ ਭਾਈਚਾਰਾ ਉਹਨੂੰ ਪਤਾ ਨੀ ਕਿਉਂ ਇਹ ਗੱਲ ਸਮਝ ਨਹੀਂ ਲੱਗ ਰਹੀ ਕਿ TV84 ਵੰਗਾਰ ਫਤਿਹਨਾਮਾ ਤੇ ਹੋਰ ਪਾਸੇ ਜਿਹੜੇ ਇਹ ਸਾਡੇ ਸਾਡੀ ਧਿਰ ਵਾਸੀਆਂ ਦੀ ਗੱਲ ਸੁਣੀ, ਇਹਨਾਂ ਧਿਰਾਂ ਨੂੰ ਇਹਨਾਂ ਲੋਕਾਂ ਨੂੰ ਪੰਥਕ ਅਤੇ ਖਾਲਿਸਤਾਨੀ ਗੱਲ ਕਰਨ ਦੀ ਜਿਵੇਂ ਸਜ਼ਾ ਮਿਲ ਰਹੀ ਹੋਵੇ ਕਿ ਤੁਸੀਂ ਭਾਈ ਸੱਚ ਬੋਲਦੇ ਹੋ ਨਾ ਅਸੀਂ ਨੀ ਤੁਹਾਡੇ ਵੱਲ ਆਉਣਾ। ਤੋ ਅੱਜ ਜਦੋਂ ਇਹ ਸਾਰਾ ਪ੍ਰੋਗਰਾਮ ਅਸੀਂ ਮੈਂ ਡਾਟਾ ਸਾਰਾ ਕੱਢ ਰਿਹਾ ਸੀ ਤੇ ਮੈਂ ਬੜਾ ਹੈਰਾਨ ਪਰੇਸ਼ਾਨ ਸੀਗਾ ਕਿ ਇੰਡੀਆ ਦਾ ਤਾਂ ਚਲੋ ਇਹ ਗੱਲ ਸਮਝ ਆਈ ਹਕੂਮਤੀ ਸਿਸਟਮ ਦੀ ਕਿ ਉਹ ਫੈਸਲਾ ਕਰਨ ਫਿਰਦੇ ਆ ਕਿ ਅਸੀਂ ਕੀ ਸੁਣਨ ਦੇਣਾ ਤੇ ਕੀ ਸੁਣਨ ਨਹੀਂ ਦੇਣਾ, ਇਹ ਅਸੀਂ ਦੇਖਾਂਗੇ, ਅਸੀਂ TV84 ਦਾ ਪ੍ਰੋਗਰਾਮ ਪੰਜਾਬ 'ਚ ਨਹੀਂ ਚੱਲਣ ਦਿਆਂਗੇ ਜਾਂ ਆਹ ਹੋਜੂ ਜਾਂ ਇੰਜ ਕਰ ਦਿਆਂਗੇ। ਇਹ ਚਲੋ ਉਹਨਾਂ ਦੀ ਗੱਲ ਤਾਂ ਸਮਝ ਆਉਂਦੀ ਆ, ਪਰ ਆਪਣਾ ਭਾਈਚਾਰਾ ਜਿਹੜਾ ਹੈ ਉਹ ਕਿਉਂ ਨਹੀਂ ਇਹ ਕਹਿੰਦਾ, ਉਹਦੀ ਇਹ ਗੱਲ ਕਿਉਂ ਨਹੀਂ ਜ਼ਿਆਦਾ ਅਗਲੇ ਦਿਨ ਅਖਬਾਰ ਤੇ ਖਬਰ ਹੀ ਇਹ ਆਉਂਦੀ ਨਾ ਕਿ ਭਾਈ ਜਿਹੜਾ ਫਲਾਨਾ ਚੈਨਲ ਪੰਥਕ ਗੱਲ ਕਰਦਾ ਸੀਗਾ ਉਹਦੇ ਇੰਨੇ ਹਜ਼ਾਰਾਂ ਲੱਖਾਂ ਜਿਹੜੇ ਵਿਊਰ ਸੀਗੇ ਉਹਨਾਂ ਨੇ ਰਿਐਕਸ਼ਨ ਦਿੱਤਾ। ਸੋ ਇਸ ਦੌਰ ਵਿੱਚ ਅਸੀਂ ਅੱਜ ਫਿਰ ਵੀ ਜਿਹੜੇ ਪੰਥ ਅਤੇ ਪੰਜਾਬ ਦੀ ਖਾਲਿਸਤਾਨ ਦੀ ਗੱਲ ਕਰਦੇ ਲੋਕ ਹਾਂ, ਜਿੱਥੇ ਇੱਕ ਹਥਿਆਰਬੰਦ ਸੰਘਰਸ਼ ਲੜਿਆ ਕੌਮ ਨੇ, ਉਹਨਾਂ ਦਿਨਾਂ ਦੇ ਵਿੱਚ ਹਰੇਕ ਹੀ ਮਤਾਂ ਦਿੰਦਾ ਸੀ ਆ ਕਿ ਗੰਨ ਵਾਲੀ ਗੱਲ ਬੰਦ ਕਰੋ ਤੇ ਗੱਲ ਰਾਹੀਂ ਗੱਲ ਕਰੋ, ਡਾਇਲੋਗ ਕਰਨਾ ਚਾਹੀਦਾ ਜੀ, ਇਹ ਜੀ ਪੀਸਫੁਲ ਤੇ ਡੈਮੋਕ੍ਰੇਟਿਕ ਤਰੀਕੇ ਨਾਲ ਮਸਲੇ ਹੱਲ ਹੋਣੇ ਚਾਹੀਦੇ ਆ। ਭਾਈ ਬਹੁਤ ਵਧੀਆ ਗੱਲਾਂ ਨੇ, ਸੁਣਨ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ, ਸਵਾਦ ਆ ਜਾਂਦਾ ਜੀ, ਆਨੰਦ ਲਿਆ ਦਿੰਦੇ ਹੋ, ਪਰ ਆ ਜਿਹੜਾ ਪੀਸਫੁਲ ਤੇ ਡੈਮੋਕ੍ਰੇਟਿਕ ਤਰੀਕੇ ਨਾਲ ਗੱਲ ਕਰਦੇ ਆ ਲੋਕ, ਜਿਹੜੇ ਆਪਦੇ ਕੌਮ ਦਾ ਪੱਖ ਪੇਸ਼ ਕਰਦੇ ਆ ਲੋਕ, ਉਹਨਾਂ ਨੂੰ ਉਹਨਾਂ ਦੀ ਸੰਘੀ ਕਦੋਂ ਕੁੱਟੀ ਜਾਂਦੀ, ਉਹਨਾਂ ਦੀ ਆਵਾਜ਼ ਬੰਦ ਕਰਨ ਤੇ ਇੰਨਾ ਜ਼ੋਰ ਕਿਉਂ ਲਾਇਆ ਜਾਂਦਾ? ਠੀਕ ਆ ਤੁਸੀਂ ਤੁਹਾਡੇ ਕੋਲ ਤਾਂ ਸਟੇਟ ਦੇ ਹਜ਼ਾਰਾਂ ਜਿਹੜੇ ਚੈਨਲ ਤੁਸੀਂ ਖੜਾ ਕਰ ਸਕਦੇ ਹੋ, ਹਜ਼ਾਰਾਂ ਬੰਦੇ ਪੇੜ ਸਰਕਾਰ ਬਿਠਾ ਸਕਦੀ ਆ, ਉਹ ਕਾਊਂਟਰ ਕਰਨ ਜਿਹੜੇ ਪੰਥਕ ਅਤੇ ਖਾਲਿਸਤਾਨੀ ਲਹਿਰ ਵਾਲੇ ਲੋਕ ਸੱਚੀ ਗੱਲ ਨਹੀਂ ਕਹਿੰਦੇ, ਝੂਠੀ ਗੱਲ ਕਹਿੰਦੇ ਆ।
ਪਰ ਡਰ ਸਟੇਟ ਨੂੰ ਇਹੀ ਆ ਕਿ ਜੇਕਰ ਪੰਥਕ ਅਤੇ ਖਾਲਿਸਤਾਨੀ ਲੋਕਾਂ ਨੂੰ ਖੁੱਲ ਦਿੱਤੀ ਜਾਂਦੀ ਹੈ ਤਾਂ ਸਾਡੇ ਪਾਰ ਖੁੱਲਣਗੇ, ਸਾਡੇ ਤਾਂ ਦੁਨੀਆ ਥੂ ਥੂ ਕਰੂਗੀ। ਜੋ ਕੁਛ ਇੰਡੀਅਨ ਸਟੇਟ ਨੇ ਸਿੱਖਾਂ ਨਾਲ ਕੀਤਾ ਹੋਇਆ ਹੈ, ਜਦੋਂ ਉਹ ਕੇਸ ਜਿਹੜਾ ਹੈ ਉਹ ਦੁਨੀਆ ਸਾਹਮਣੇ ਜਾਂਦਾ ਤਾਂ ਇਹਨਾਂ ਦੀਆਂ ਝਗਿਆੜਾਂ ਪੈਂਦੀਆਂ। ਸੋ ਸੱਚ ਨੂੰ ਉਜਾਗਰ ਹੋਣ ਤੋਂ ਰੋਕਣ ਦੇ ਲਈ ਜੋ ਕੁਝ ਇਸ ਦੌਰ ਵਿੱਚ ਮੀਡੀਆ ਦੀ ਸੰਗੀ ਨਹੀਂ ਕੁੱਟੀ ਜਾ ਰਹੀ ਹੈ, ਇਹ ਅਸਲ ਵਿੱਚ ਸਿੱਖ ਕੌਮ ਦਾ ਗਲਾ ਘੁੱਟਿਆ ਜਾ ਰਿਹਾ ਕਿ ਤੁਹਾਨੂੰ ਬੋਲਣ ਨਹੀਂ ਦੇਣਾ। ਮੀਡੀਆ ਨੇ ਤਾਂ ਰਾਹੀਂ ਅਸੀਂ ਗੱਲ ਕਰਦੇ ਹਾਂ ਨਾ, ਜਦੋਂ ਤਾਂ ਗੰਨ ਨਾਲ ਕੌਮ ਨੇ ਗੱਲ ਕੀਤੀ ਉਹ ਮਾੜਾ, ਤੇ ਜੇ ਅੱਜ ਮੀਡੀਆ ਨੂੰ ਸਾਧਨ ਬਣਾ ਕੇ ਆਪਦਾ ਦਰਦ ਪੇਸ਼ ਕਰਨਾ ਚਾਹਿਆ, ਆਪਦਾ ਹੱਕ ਦਾ ਕੇਸ ਪੇਸ਼ ਕਰਨਾ ਚਾਹਿਆ, ਤਾਂ ਫਿਰ ਰਾਹ ਦੇ ਵਿੱਚ ਔਕੜਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ, ਸੰਤਾਪ ਵਧਾਇਆ ਜਾ ਰਿਹਾ। ਜਦੋਂ ਵੀ ਪਿਛਲੇ ਦੌਰ ਦੇ ਵਿੱਚ ਕਿਸੇ ਸਭਾ ਸੁਸਾਇਟੀ ਚ ਬੈਠੇ ਖੜੇ ਆ, ਇੱਕ ਦਾਅਵੇ ਨਾਲ ਗੱਲ ਕਹੀ ਹੈ ਕਿ ਸਾਡਾ ਕੇਸ ਇੰਨਾ ਸੱਚਾ ਸੁੱਚਾ ਆਇਆ, ਭਾਰਤ ਸਰਕਾਰ ਆਪਦੇ ਚੋਟੀ ਦੇ ਬੰਦਿਆਂ ਨੂੰ ਬਿਠਾ ਲਵੇ ਚੈਨਲ ਦੇ ਉੱਤੇ, ਸਾਡੇ ਸਿੱਖ ਸੰਘਰਸ਼ ਵਿੱਚ ਸ਼ਾਮਿਲ ਹੋਏ ਕਿਸੇ ਵੀ ਗੁਰਸਿੱਖ ਨੂੰ ਆਪਦੀ ਮਰਜ਼ੀ ਦੇ ਨੂੰ ਚੁਣ ਲਵੇ, ਉਹ ਬੰਦਾ ਇਹੋ ਜਿਹੀ ਗੱਲ ਇਹੋ ਜਿਹਾ ਪੱਖ ਪੇਸ਼ ਕਰੂਗਾ ਕਿ ਸਰੋਤੇ ਨਿਰਪੱਖਤਾ ਨਾਲ ਜੇ ਚੱਲਣਗੇ ਤਾਂ ਇਹੀ ਕਹਿਣਗੇ ਕਿ ਸਿੱਖਾਂ ਨਾਲ ਧੱਕਾ ਹੋਇਆ, ਸਿੱਖਾਂ ਨਾਲ ਜ਼ੁਲਮ ਹੋਇਆ, ਸਿੱਖਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਗਏ, ਸਿੱਖਾਂ ਦੇ ਉੱਤੇ ਜੋ ਬੀਤਿਆ ਉਹਦੇ ਵਿੱਚ ਫਿਰ ਇਹੀ ਹੋਣਾ ਸੀ ਕਿ ਸਿੱਖ ਜਦੋਂ ਧੱਕ ਕੇ ਕੰਧ ਨਾਲ ਲਾ ਦਿੱਤੇ ਗਏ ਵੀ ਸਿੱਖ ਗੰਨ ਚੱਕਦੇ। ਸੋ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੀ ਹਮਾਇਤ ਆ ਉਹ ਮਿਲਣੀ ਚਾਹੀਦੀ ਸੀ ਇਸ ਸੰਘਰਸ਼ ਨੂੰ, ਤੇ ਸਿੱਖਾਂ ਦਾ ਆਪਦਾ ਵੱਖਰਾ ਮੁਲਕ ਬਗੈਰ ਗੁਜ਼ਾਰਾ ਨਹੀਂ। ਜੇਕਰ ਕੋਈ ਅੱਜ ਵੀ ਮੈਂ ਗੱਲ ਕਹਿੰਦਾ, ਕਹਿੰਦੇ ਕਹਾਉਂਦੇ ਜਿਹੜੇ ਭਾਰਤੀ ਰਾਸ਼ਟਰਵਾਦੀ ਆ ਉਹਨਾਂ ਨੂੰ ਬਿਠਾ ਦਿਓ ਚੈਨਲ ਦੇ ਉੱਤੇ, ਸਾਰੀ ਦੁਨੀਆ ਦੇਖੇ, ਕਿਸੇ ਸਿੱਖ ਨੂੰ ਬਿਠਾ ਲਓ, ਉਹ ਦੱਸ ਦਊਗਾ ਕਿ ਤੁਸੀਂ ਸਾਨੂੰ ਕਿਉਂ ਹਿੰਦੂ ਕਹਿੰਦੇ ਹੋ, ਸਾਨੂੰ ਪਤਾ ਹੈ, ਉਹ ਸਾਨੂੰ ਪਤਾ ਤੁਸੀਂ ਸਾਨੂੰ ਹਿੰਦੂ ਖਾਰੇ ਸਮੁੰਦਰ 'ਚ ਕਿਉਂ ਡੁਬਾਉਣਾ ਚਾਹੁੰਦੇ ਹੋ, ਤੁਸੀਂ ਸਾਡੀ ਅਸਿਮੀਲੇਸ਼ਨ ਸਾਨੂੰ ਜਜ਼ਬ ਕਰਕੇ ਕਿਵੇਂ ਮਾਰਨਾ ਚਾਹੁੰਦੇ ਹੋ, ਸਾਨੂੰ ਸਭ ਪਤਾ, ਅਸੀਂ RSS ਜਾਂ ਰਾਸ਼ਟਰੀ ਸਿੱਖ ਸੰਗਤ ਤੇ ਕਰਨੀ, ਸਾਨੂੰ ਪਤਾ ਕਿ ਇਹ ਇੰਡੀਅਨ ਸਟੇਟ ਦਾ ਏਜੰਡਾ ਵਾ, ਸਾਨੂੰ ਇਹ ਪਤਾ ਕਿ ਕਾਂਗਰਸ ਹੋਵੇ, ਭਾਜਪਾ ਹੋਵੇ, ਕਾਮਰੇਡ ਹੋਵੇ, ਕੋਈ ਹੋਰ ਹੋਵੇ, ਗਿਆਨੀ ਜੈਲ ਸਿੰਘ ਹੋਵੇ ਜਾਂ ਕੋਈ ਹੋਰ ਹੋਵੇ, ਉਹ ਇਕੱਲਾ ਸਿੱਖਾਂ ਦਾ ਨਹੀਂ, ਸਾਰੀਆਂ ਭਾਰਤੀ ਘੱਟ ਗਿਣਤੀਆਂ ਨੂੰ ਖਤਮ ਕਰਕੇ ਉਹਨਾਂ ਨੂੰ ਹਿੰਦੂ ਤਬ ਦੇ ਮੂਹਰੇ ਝੁਕਾਉਣ ਦਾ ਏਜੰਡਾ ਹੈ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਇਹ ਸਾਨੂੰ ਕੋਈ ਭੁੱਲਿਆ ਹੋਇਆ ਨਹੀਂ, ਅਸੀਂ ਇਹਦੇ ਖਿਲਾਫ ਲੜ ਰਹੇ ਹਾਂ, ਬਾਕੀਆਂ ਦੇ ਵਿੱਚ ਉਹੋ ਜਿਹਾ ਤੰਤ ਨਹੀਂ ਹੈਗਾ, ਇਸ ਕਰਕੇ ਤੁਸੀਂ ਸਾਨੂੰ ਬਦਨਾਮ ਵੀ ਕਰਦੇ ਹੋ ਤੇ ਸਾਨੂੰ ਮਾਰਦੇ ਵੀ, ਤੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਤੱਕਰ ਧਰਤੀ ਉੱਤੇ ਸਿੱਖ ਹੈਗੇ ਹੈ ਉਹਨਾਂ ਟਾਈਮ ਦੇ ਸੱਚ ਦੀ ਆਵਾਜ਼ ਬੰਦ ਨਹੀਂ ਹੋਣੀ। ਜਿਵੇਂ ਓਸ਼ੋ ਨੇ, ਰਜਨੀਸ਼ ਨੇ ਕਿਹਾ ਸੀ ਨਾ ਵੀ ਇਹ ਜੇ ਸਮੱਸਿਆ ਆ ਨਾ, ਤੁਸੀਂ ਇਹਨੂੰ ਕਹਿੰਦੇ ਹੋ ਪ੍ਰੋਬਲਮ ਆ ਇਹ ਪੰਜਾਬ ਜਾਂ ਸਿੱਖ, ਤਾਂ ਜਦੋਂ ਤੱਕਰ ਧਰਤੀ ਤੇ ਇੱਕ ਵੀ ਸਿੱਖ ਜਿਉਂਦਾ ਇਹ ਪ੍ਰੋਬਲਮ ਬੜੀ ਰਹੂਗੀ। ਸਿੱਖ ਆਪਦੇ ਹੱਕ ਲਈ ਲੜਨਾ ਜਾਣਦੇ ਆ, ਸਿੱਖ ਆਪਦੀ ਕੌਮ ਦਾ ਪੱਖ ਪੇਸ਼ ਕਰਨਾ ਵੀ ਜਾਣਦੇ, ਸਿੱਖ ਅਸਾਲਟ ਚਲਾਉਣੀ ਹੋਵੇ ਤੇ ਸਿੱਖ ਨੇ ਜ਼ੁਬਾਨ ਚਲਾਉਣੀ ਹੋਵੇ ਪੰਥ ਲਈ ਇੱਕੋ ਜਿੰਨਾ ਕਾਰਗਰ ਹਥਿਆਰ ਆ ਸਾਡਾ। ਸੋ ਅੱਜ ਦੇ ਇਸ ਦੌਰ ਦੇ ਵਿੱਚ ਜਦੋਂ ਸਾਰੇ ਦੁਨੀਆ ਕਹਿੰਦੀ ਆ ਕਿ ਗੰਨ ਦਾ ਜ਼ਮਾਨਾ ਨਹੀਂ ਗਾ ਜੀ, ਗੱਲ ਦਾ ਜ਼ਮਾਨਾ, ਤਾਂ ਉੱਥੇ ਸਾਡੀ ਜਿਹੜੀ ਆਵਾਜ਼ ਨੂੰ ਬੰਦ ਕਰਨ ਦੇ ਇਹ ਯਤਨ ਹੋ ਰਹੇ ਨੇ, ਇਹਦੇ ਬਾਰੇ ਇੱਕ ਬਹਿਸ ਛੱਡਣ ਦੀ ਲੋੜ ਹੈ। ਔਰ ਇਹ ਗੱਲ ਸਾਡੇ ਭਾਈਚਾਰੇ ਨੂੰ ਸਭ ਤੋਂ ਪਹਿਲਾਂ ਚਾਹੀਦੀ ਆ, ਉਹਨਾਂ ਧਿਰਾਂ ਧੜਿਆਂ ਉਹਨਾਂ TV ਚੈਨਲਾਂ ਦੀ ਹਮਾਇਤ ਕਰੋ ਜਿਹੜੇ ਪੰਥ ਅਤੇ ਪੰਜਾਬ ਲਈ ਖਾਲਿਸਤਾਨ ਲਈ ਗੱਲ ਕਰਦੇ ਆ, ਤੇ ਜਿਹੜੇ ਇਹਦਾ ਵਿਰੋਧ ਕਰਦੇ ਆ, ਜਿਹੜੇ ਝੂਠੀਆਂ ਭਰਮਾਊ ਤੇ ਮਨੋਕਲਪਤ ਗੱਲਾਂ ਦੇ ਨਾਲ ਨਾਲੇ ਤਾਂ ਨੋਟ ਛਾਪਦੇ ਆ, ਨਾਲੇ ਆਪਾਂ ਨੂੰ ਗਲਤ ਪ੍ਰੋਵਾਈਡ ਕਰਦੇ ਆ ਮਸਾਲਾ, ਉਹਨਾਂ ਦਾ ਵਿਰੋਧ ਕਰੋ। ਸੋ ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਫਤਿਹ ਅਰਜ ਕਰਦਾ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।